ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ। ਬਾਬਾ ਜੀ, ਲੱਗਦਾ ਇਸੇ ਪਿੰਡ ਦੇ ਤੁਸੀਂ? ਹਾਂ ਭਾਈ, ਮੈਂ ਇਸੇ ਪਿੰਡ ਦੇ ਹੀ ਆ। ਪਹਿਲਾਂ ਅਸੀਂ ਲੌਂਗੋਵਾਲ ਰਹਿੰਦੇ ਹੁੰਦੇ ਸੀ, 50 ਸਾਲ ਹੋ ਗਏ। ਮੇਰੇ ਬਾਪੂ ਦਾ ਨਾਂ ਦੁੱਲਾ ਸਿੰਘ ਹੈ। ਦੁੱਲਾ ਸਿੰਘ ਸਾਰੇ ਪਿੰਡ 'ਚ ਜਿਹਨੂੰ ਮਰਜ਼ੀ ਪੁੱਛ ਲੈ ਬੜਾ ਮਸ਼ਹੂਰ ਹੈ। ਅਸੀਂ 3 ਭਾਈ ਆ। ਜਿਹੜਾ ਵੱਡਾ ਭਾਈ ਤੀ, ਉਹ ਤਾਂ 6 ਪੂਰਾ ਹੋ ਗਿਆ। ਉਹ ਦੂਜੀ ਨਾ ਮੁਰਾਦ ਬਿਮਾਰੀ ਤੀ, ਕੀ ਕਹਿੰਦੇ ਹੁੰਦੇ ਨੇ ਕੈਂਸਲ। ਇੱਕ ਮੇਰਾ ਛੋਟਾ ਭਾਈ ਹੈ ਫੌਜੀ, ਰਿਟਾਇਰ ਹੋਇਆ ਹੋਇਆ 6। ਉਹ ਬੰਦਾ ਕਿਸੇ ਕੰਮ ਦਾ ਨਹੀਂ, ਦਿਲ ਦਾ ਖੋਟਾ ਹੈ। ਐਡੇ ਨੂੰ ਪਾੜਿਆ ਤੀ ਮੈਂ ਐਡੇ ਨੂੰ, ਹੈ ਹੁਣ ਸਿਰ ਚਗਲੀਆਂ ਕਰਦਾ, ਹੈ ਜਿਹਾ ਜਿਹਾ ਕਰਦਾ ਉਹ ਜਿਹਾ ਭੋਗਦਾ। ਤਿੰਨੋਂ ਦੇ ਮੁੰਡੇ ਨੇ, ਤਿੰਨੇ ਮਹਾਨ ਲੈ ਨਲਾਇਕ ਤਾਂ ਮੇਰੇ ਵੀ ਨੇ, ਪਰ ਉਹਦੇ ਮੁੰਡਿਆਂ ਜਿੰਨੇ ਨਲਾਇਕ ਨਹੀਂ ਹੈਗੇ। ਬਾਬਾ, ਮੈਂ ਭੀਮੇ ਕੇ ਘਰੇ ਜਾਣਾ ਹੈਗਾ। ਅੱਛਾ ਅੱਛਾ ਅੱਛਾ, ਭੀਮੇ ਕੇ ਘਰੇ ਜਾਣਾ। ਭੀਮੇ ਕੇ ਤਾਂ ਆਪਣੇ ਖੁੰਡਾ ਸਿਆਂ 3 ਨੇ। ਇੱਕ ਤਾਂ ਹੈਗਾ ਭਾਈ ਭੀਮੇ ਭੀਮਾ ਜਾਗਰ ਕਾ ਭੀਮਾ, ਉਹ ਨਾ 6 ਭੁੱਖੀ ਵੇਚਦਾ। ਬੰਦਾ ਠੀਕ ਨਹੀਂ, ਜੇ ਵੀ ਕੱਟ ਕੇ ਆਇਆ। ਉਹਦੇ ਮੁੰਡੇ ਨੇ ਵੀ ਗੜਾਸਾ ਮਾਰ ਕੇ ਉਹਨਾਂ ਦੇ ਬਾਹਮਣਾ ਦੇ ਮੁੰਡੇ ਦਾ ਸਿਰ ਪਾੜਤਾ ਸੀ। ਇੱਕ 6 ਭੀਮਾ ਹੈਗਾ ਹਜੂਰੇ ਕਾ, ਉਹ 6 ਚੰਗਾ ਬੰਦਾ ਨਹੀਂ ਹੈਗਾ। ਉਹ ਨਾਲ ਵਾਲੇ ਪਿੰਡੋਂ ਕੁੜੀ ਕੱਢ ਲਿਆ ਸੀ, ਫਿਰ ਪਿੰਡ ਵਾਲਿਆਂ ਨੇ ਕਾਲਾ ਮੂੰਹ ਕਰਕੇ ਉਹਦਾ ਗਧੇ ਤੇ ਚੜਾਇਆ। ਜਿਹੜਾ ਬਹੁਤ ਬੰਦਾ, ਵੈਸੇ ਵਧੀਆ ਬੰਦਾ 6 ਜਿਹਦੇ ਵਾਸਤੇ। ਇੱਕ 6 ਭੀਮਾ ਹੈਗਾ, ਹਾਂ ਭੀਮਾ ਹੈਗਾ, ਉਹਨੂੰ ਭਈਏ ਕਾ ਕਹਿੰਦੇ ਨੇ, ਭਈਏ ਕਾ ਭੀਮਾ। ਉਹਦੀ ਜਿਹੜੀ ਮਾਂ ਤੀ 6 ਯੂਪੀ ਕੀ, ਯੂਪੀ ਦੀ ਤੀ। ਉਹ ਜਿਹੜੀ ਉਹਦੀ ਮਾਂ ਤੀ, ਨਿੱਕੇ ਨਿੱਕੇ ਨੂੰ ਛੱਡ ਕੇ ਕਿਸੇ ਹੋਰ ਭਈਏ ਨਾਲ ਭੱਜ ਗਈ। ਬਾਬਾ, ਉਹਦੇ ਪਿਓ ਨੂੰ ਕਰਤਾਰ ਸਿੰਘ ਬੈਲੀ ਹੈ। ਕਰਤਾਰ ਸਿੰਘ ਬੈਲੀ ਆਪਣੇ, ਹਾਂ ਉਹਨੂੰ ਤਾਂ 6 ਸਾਰਾ ਪਿੰਡ ਗੱਪੀ ਕਹਿੰਦਾ, ਗੱਪੀ ਗੱਪੀ। ਉਹ 6 ਬੰਦਾ ਵੀ ਵਧੀਆ, ਵੈਸੇ ਵੈਸੇ ਰੱਬ ਦਾ ਨਾਂ ਹੀ ਹੈ 6। ਉਹਦੀ ਵੀ ਤੈਨੂੰ ਕੀ ਗੱਲ ਦੱਸਾਂ, ਇੱਕ ਵਾਰ ਦੀ ਗੱਲ ਹੈ 6। ਉਹ ਭੀਮੇ ਨੇ ਨਾ ਆਪਣੇ ਗੁਰਦੁਆਰੇ ਦਾ ਗੋਲਕ ਚੋਰੀ ਕਰ ਲਈ, ਗੋਲਕ ਚੋਰੀ ਕਰ ਲਈ। ਸਾਰਾ ਪਿੰਡ ਹੁਣ ਉਹਨਾਂ ਨੂੰ ਭੀਮਾ ਗੱਪੀਆਂ ਦਾ ਤੇ ਭੀਮਾ ਗੋਲਕਾਲਾ ਕਹਿੰਦੇ ਨੇ। ਉਹਦੇ ਬਾਪ ਨੇ ਵੀ ਕਾਫੀ ਪੈਸਾ ਦਬ ਲਿਆ ਸੀ 6 ਗੁਰਦੁਆਰੇ ਦਾ, ਭੋਗਦਾ 6 ਅੱਡੇ ਅੱਡੇ ਸੁੰਡ ਪੈ ਕੇ ਮਰਿਆ। ਉਹਦੀ ਮਾਂ ਦੀ ਤੈਨੂੰ ਗੱਲ ਦੱਸਾਂ, ਮਾਂ ਦਾ ਵੀ ਬਚ 6 ਕਾਹਨੂੰ ਆਪਾਂ ਨੇ ਹੁਣ ਕਿਸੇ ਦੇ ਪਰਦੇ ਫੋਲਣੇ ਨੇ। ਵੈਸੇ ਬੰਦਾ ਵਧੀਆ ਨਹੀਂ ਹੈਗਾ, ਤੂੰ ਜਾਣਾ ਤੇਰੀ ਮਰਜ਼ੀ ਹੈ 6। ਬਾਬਾ, ਉਹਨਾਂ ਦਾ ਘਰ ਕਿੱਧਰ ਹੈ? ਮੈਂ ਉਹਨਾਂ ਦੇ ਘਰੇ ਜਾਣਾ। ਅੱਛਾ, ਉਹਨਾਂ ਦੇ ਘਰੇ ਜਾਣਾ। ਉਹਨਾਂ ਦਾ ਜਿਹੜਾ ਘਰ ਹੈ 6, ਉਹ ਹੈਗਾ ਦਰਵਾਜ਼ਾ, ਦਰਵਾਜ਼ੇ ਦੇ ਕੋਲੇ ਮੱਗਰ ਦਵਾਨੇ ਦਾ ਘਰ ਹੈ 6। ਮੱਗਰ ਦਵਾਨਾ ਵੀ 6, ਬਸ ਰੱਬ ਦਾ ਨਾਂ ਹੀ ਹੈ। ਉਹਦੇ 3 ਮੁੰਡੇ ਨੇ, ਇੱਕ ਮੁੰਡਾ ਤਾਂ ਸਲਾਹ ਵਿੱਚ ਮਰ ਗਿਆ, ਦੂਜਾ ਮੁੰਡਾ ਭੁੱਕੀ ਦੇ ਕੇਸ ਦੇ ਵਿੱਚ 6 ਅੰਦਰ ਹੈ। ਜਿਹੜਾ ਤੀਜਾ ਮੁੰਡਾ ਸੀ ਉਹ 6 ਕਾਲਜ ਦੇ ਵਿੱਚ ਕੁੱਟ ਕੱਟ ਕੇ ਲੜਾਈ ਪੜਾਈ ਦੀ ਹੋ ਗਈ ਸੀ, ਕੱਟ ਕੇ ਉਹਨੂੰ ਸ਼ੀਸ਼ੇ ਸ਼ਾਸ਼ੇ ਜੇ ਤੋੜਤੇ, ਉਹਦੇ ਘਰ ਦੇ ਆਏ ਸੀ ਉੱਥੋਂ। ਬਸ 6 ਰੱਬ ਦਾ ਨਾਂ ਹੀ ਹੈ, ਉਹਦੇ ਘਰ ਦੇ ਜਿਹੜਾ ਨਾਲ ਵਾਲਾ ਘਰ ਹੈ 6, ਉਹਨੂੰ ਤਾਂ ਤੂੰ ਜਾਣਦਾ ਹੋਵੇਂਗਾ, ਕੱਲੇ ਦੋਜੀ ਨੂੰ। ਨਾ ਬਾਬਾ, ਮੈਂ ਨਹੀਂ ਜਾਣਦਾ। ਅੱਛਾ, ਤੂੰ ਕਿੱਥੋਂ ਜਾਣੇਗਾ 6? ਤੂੰ ਤਾਂ ਅਗਲੇ ਪਿੰਡ ਦਾ। ਪਹਿਲਾ ਦੋਜੀ ਹੈ ਨਾ, ਜਿਹੜਾ ਬੰਦਾ ਵਧੀਆ ਨਹੀਂ ਹੈਗਾ, ਉਹ 6 ਦੁੱਧ 'ਚ ਪਾਣੀ ਪਾ ਪਾ ਕੇ ਵੇਚੀ ਜਾਂਦਾ, ਮਾਂ ਦਾ ਪੁੱਤ ਪਾਣੀ ਪਾ ਪਾ ਕੇ ਵੇਚੀ ਜਾਂਦਾ। ਉਹਦੇ ਜਿਹੜਾ ਨਾਲ ਲਗਮਾ ਘਰ ਹੈ, ਉਹ ਹੈਗਾ ਕੱਲੇ ਨਾਈ ਦਾ, ਕੱਲਾ ਨਾਈ 6। ਹੁਣ ਤਾਂ ਵੈਸੇ ਲੋਕਾਂ ਸਾਹਮਣੇ ਤਾਂ ਕਹਿੰਦੇ ਨੇ ਵੀ ਉਹ ਹਜਾਮਤਾ ਕਰਦਾ, ਹੁਣ 6 ਉਹ ਫੀਮ ਲਿਆਉਂਦਾ ਰਾਜਸਥਾਨ ਤੋਂ ਲਿਆ ਕੇ ਵੇਚਦਾ। ਵੇਚ ਕੇ 6 ਬਸ ਆਪਦਾ ਢਿੱਡ ਪਾਲਦਾ। ਬੰਦਾ ਵਧੀਆ ਵੈਸੇ 6, ਇੰਨਾ ਵਧੀਆ ਬੰਦਾ ਨਹੀਂ ਹੈਗਾ। ਬਾਬਾ, ਮੈਂ ਜਿੱਥੋਂ ਘਰ ਪੁੱਛਿਆਗਾ। ਹਾਂ, ਮੈਂ ਤੈਨੂੰ ਘਰ ਹੀ ਦੱਸ ਰਿਹਾ। ਉਹਦੇ ਘਰ ਦੇ ਅੱਗੇ ਨਾ ਜਿਹੜਾ ਬੱਗਾ ਕਤੀੜ ਕਹਿੰਦੇ ਨੇ ਉਹਨੂੰ, ਬੱਗਾ ਕਤੀੜ, ਬੱਗਾ ਕਤੀੜ 6 ਉਹਨੂੰ ਤਾਂ ਕਹਿੰਦੇ ਨੇ, ਉਹ ਕੁੱਤੇ ਚੋਰੀ ਕਰ ਕਰਕੇ ਨਾ ਲਿਆ ਕੇ ਚੋਰੀਓ ਵੇਚਦਾ ਹੁੰਦਾ। ਉਹਦਾ ਬਾਪ ਵੀ 6 ਚੰਗਾ ਬੰਦਾ ਨਹੀਂ ਸੀ। ਉਹਦਾ 6 ਚੋਰੀਆਂ ਕਰਦਾ ਸੀ, ਲੋਕਾਂ ਦੀਆਂ ਮੋਟਰਾਂ ਤੋਂ ਪਟੇ ਖੋਲਦਾ ਸੀ 6। ਇੱਕ ਵਾਰ ਦੀ ਗੱਲ ਹੈ, 6 ਖੁੰਡਾ ਸਿੰਘ ਨੂੰ ਵੀ ਪਤਾ ਹੀ ਹੈ, ਉਹ ਟਰਾਂਸਫਾਰਮ ਚੋਰੀ ਕਰਨ ਲੱਗ ਗਿਆ। ਮਾਂ ਦੇ ਪੁੱਤ ਨੇ ਸੱਚ ਕੱਟੀ ਨਹੀਂ ਹੈਗੀ, ਜਦੋਂ ਟਰਾਂਸਫਾਰਮ ਚੋਰੀ ਕਰਿਆ ਸੀ ਐ ਲਮਕਦਾ ਸੀ 6 ਜਿਵੇਂ ਕਾਲ ਲਮਕਦਾ ਹੁੰਦਾ। ਇਹ 6 ਉਹਨੂੰ ਤਾਂ ਤੂੰ ਜਾਣਦੇ ਹੀ ਹੋਵੇਂਗਾ, ਜਿਹੜਾ ਸਰਪੰਚ ਹੈ ਸਾਡੇ ਪਿੰਡ ਵਾਲਾ। ਅੱਛਾ, ਤੂੰ ਕਿੱਥੋਂ ਜਾਣੇਗਾ ਭਾਈ? ਤੂੰ ਤਾਂ ਹਾ ਲਾਮ ਵਾਲੇ ਪਿੰਡ ਤੋਂ ਹੈ। ਜਿਹੜਾ ਸਰਪੰਚ ਹੈ ਨਾ, ਉਹ ਵੀ ਬੰਦਾ ਵੈਸੇ ਬਸ ਧੱਕੇ ਜੇ ਨਾਲ ਹੀ ਬਸ ਗਰਾਂਟਾਂ ਗਰੂਟਾਂ ਜੀਆਂ ਖਾ ਕੇ ਬਸ ਬਣਿਆ, ਬਸ ਨਹੀਂ ਤਾਂ ਰੱਬ ਦਾ ਨਾਉਂ ਹੀ ਹੈ 6। ਤੈਨੂੰ ਮੈਂ ਦੱਸਦਾ ਜਿਹੜੀ ਸੱਚੀ ਗੱਲ ਹੈ, ਜਿਹੜਾ ਸੱਚੀ ਗੱਲ ਦੱਸਣੀ ਚਾਹੀਦੀ ਹੈ। ਜਿਹੜਾ ਬੰਦਾ ਦਿਲ 'ਚ ਰੱਖਦਾ ਨਾ, ਉਹ ਬੰਦਾ ਖੋਰੀ ਹੁੰਦਾ ਹੈ, ਕੋਹੜੀ ਬੰਦਾ ਹੁੰਦਾ ਹੈ। 6 ਗੱਲ ਸੁਣ, ਉਹਨਾਂ ਦੇ ਘਰ ਦੀ ਇੱਕੋ ਇੱਕ ਨਿਸ਼ਾਨੀ ਹੈ, ਉਹਦੇ ਘਰ ਦੇ ਅੱਗੇ 6 ਟਰਾਂਸਫਾਰਮ ਹੈ। ਉਹ ਟਰਾਂਸਫਾਰਮ 6 ਸਰਪੰਚ ਨੇ ਉੱਥੇ ਜਾਣ ਕੇ ਲਵਾਇਆ ਵੀ ਇਹਨਾਂ ਦਾ ਕੋਈ ਕਰੰਟ ਨਾਲ ਲੱਗ ਕੇ ਮਰੇ, ਕਿਉਂਕਿ ਜਿਹੜਾ ਇਹ ਗੱਪੀ ਹੈ ਨਾ, ਭੀਮਾ ਗੱਪੀ, ਇਹ ਕਿਸੇ ਹੋਰ ਦਾ ਪਾਰਟੀ ਦਾ ਬੰਦਾ। ਪਾਰਟੀ ਬਾਜੀ ਬੜੀ ਹੈ 6, ਕੁੱਤੀ ਦੇ ਪਾਂਚੇ ਜਿੱਡਾ ਪਿੰਡ ਹੈ, ਰੋਜ਼ ਹੀ 6 ਕੋਈ ਨਾ ਕੋਈ ਨਿਤ ਨਵਾਂ ਬਾਕਾ ਹੋਇਆ ਰਹਿੰਦਾ। ਵੈਸੇ ਸਰਪੰਚ ਵਧੀਆ ਬੰਦਾ ਨਹੀਂ ਹੈਗਾ, ਫਿਰ ਵੀ ਉਹਨੂੰ ਸਾਰੇ ਸਤਿ ਸ੍ਰੀ ਅਕਾਲ ਬੁਲਾਉਣੀ ਪੈਂਦੀ ਹੈ, 6 ਕੰਮ ਕਰਾਉਣੇ ਪੈਂਦੇ ਨੇ, ਠੀਕ ਹੈ ਨਾ ਗੱਲ? ਉਹਨੂੰ ਤਾਂ ਤੂੰ ਜਾਣਦਾ ਹੋਵੇਂਗਾ। ਉਹ ਬਾਬਾ, ਮੈਂ ਕਿਸੇ ਨੂੰ ਨਹੀਂ ਜਾਣਦਾ। ਫਿਰ ਅੱਛਾ, ਤੈਂ ਉਹਦੇ ਘਰੇ ਜਾਣਾ, ਭੀਮੇ ਗੱਪੀ ਦੇ ਜਾਣਾ। ਓਏ ਚੁੱਪ ਕਰ ਯਾਰ, ਮੈਂ ਨਹੀਂ ਜਾਣਾ ਕਿਸੇ ਦੇ ਘਰੇ। ਤੂੰ ਇੱਥੇ ਕੀ ਫਿਰ ਅੰਬ ਲੈਣਾ ਤੇ ਜਦ ਕਿਸੇ ਨੂੰ ਜਾਣਦੇ ਨਹੀਂ? ਸਾਲੇ ਨੇ ਦਿਮਾਗ ਖਾ ਲਿਆ ਸਾਡਾ, ਕਿਉਂ ਕੁੰਡਾ ਸਿਆ।